ਯੂਨਾਈਟਿਡ ਸਲਾਈ ਮਸ਼ੀਨ ਐਂਡ ਪਾਰਟਸ ਮੈਨੂਫੈਕਚਰ ਐਸੋਸੀਏਸ਼ਨ ਦੇ ਐਗਜ਼ੈਕਟਿਵ ਮੈਂਬਰਾਂ ਦੀ ਇੱਕ ਮੀਟਿੰਗ ਸਥਾਨਕ ਹੋਟਲ ਵਿਖੇ ਹੋਈ, ਜਿਸ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫੀਕੋ, ਜਗਦੇਵ ਸਿੰਘ ਸੇਖੋ ਜ਼ੋਨਲ ਕਮਿਸ਼ਨਰ ਜ਼ੋਨ ਸੀ ਨਗਰ ਨਿਗਮ ਲੁਧਿਆਣਾ, ਸ਼੍ਰੀ ਐਚ ਐਸ ਬੈਂਸ ਜਨਰਲ ਮੈਨੇਜਰ ਆਰ ਐਂਡ ਬੀ ਸੈਂਟਰ ਫਾਰ ਸਾਈਕਲ ਐਂਡ ਸਿਲਾਈ ਮਸ਼ੀਨ ਲੁਧਿਆਣਾ ਪੁੱਜੇ। ਇਸ ਮੌਕੇ ਜਿੱਥੇ ਸਿਲਾਈ ਮਸ਼ੀਨ ਇੰਡਸਟਰੀ ਨੂੰ ਵਿਸ਼ਵ ਪੱਧਰ 'ਤੇ ਲੈ ਜਾਣ ਬਾਰੇ ਵਿਚਾਰ ਵਟਾਂਦਰਾ ਹੋਇਆ, ਉੱਥੇ ਐਸੋਸੀਏਸ਼ਨ ਦੇ ਚੇਅਰਮੈਨ ਦਲਬੀਰ ਸਿੰਘ ਧਿਮਾਨ, ਪ੍ਰਧਾਨ ਸ਼੍ਰੀ ਔਲਕ, ਜਨਰਲ ਸਕੱਤਰ ਗੁਰਮੁਖ ਸਿੰਘ ਰੁਪਾਲ, ਸ਼੍ਰੀ ਬਿਨੇ ਦੁਆ ਵੱਲੋਂ ਵਿਸ਼ੇਸ਼ ਤੌਰ 'ਤੇ ਪੁੱਜੇ ਮਹਿਮਾਨਾਂ ਨੂੰ ਬੁੱਕੇ ਭੇਟ ਕਰਕੇ ਨਿੱਘਾ ਸਵਾਗਤ ਕਰਨ ਦੇ ਨਾਲ ਨਾਲ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਚੇਅਰਮੈਨ ਸ਼੍ਰੀ ਧਿਮਾਨ ਨੇ ਕਿਹਾ ਕਿ ਲੁਧਿਆਣਾ, ਜਿੱਥੇ ਸਾਈਕਲ ਅਤੇ ਸਿਲਾਈ ਮਸ਼ੀਨ ਤਿਆਰ ਕਰਨ ਵਿੱਚ ਮੋਹਰੀ ਮੰਨਿਆ ਜਾਂਦਾ ਹੈ, ਉੱਥੇ ਮਾਨਚੈਸਟਰ ਆਫ ਇੰਡੀਆ ਵਜੋਂ ਵੀ ਜਾਣਿਆ ਜਾਂਦਾ ਹੈ। ਉਹਨਾਂ ਕਿਹਾ ਕਿ ਸਮੇਂ ਦੀ ਲੋੜ ਅਨੁਸਾਰ ਵਿਦੇਸ਼ੀ ਤਰਜ਼ 'ਤੇ ਸਿਲਾਈ ਮਸ਼ੀਨ ਤਿਆਰ ਕਰਨ ਲਈ ਇੰਡਸਟਰੀ ਵਿੱਚ ਲੋੜ ਅਨੁਸਾਰ ਲਗਾਤਾਰ ਤਬਦੀਲੀ ਲਿਆਂਦੀ ਜਾ ਰਹੀ ਹੈ, ਤਾਂ ਜੋ ਸਿਲਾਈ ਮਸ਼ੀਨ ਇੰਡਸਟਰੀ ਪੂਰੀ ਤਰ੍ਹਾਂ ਸੇਫ ਰਹਿ ਸਕੇ। ਇਸ ਮੌਕੇ ਐਸੋਸੀਏਸ਼ਨ ਵੱਲੋਂ ਨਵੇਂ ਸਾਲ ਦਾ ਕੈਲੰਡਰ ਵੀ ਲਾਂਚ ਕੀਤਾ ਗਿਆ। ਅੱਜ ਯੂਨਾਈਟਿਡ ਸਵਿੰਗ ਮਸ਼ੀਨ ਐਂਡ ਪਾਰਟਸ ਮੈਨੂਫੈਕਚਰ ਐਸੋਸੀਏਸ਼ਨ ਦੀ ਐਗਜ਼ੈਕਟਿਵ ਦੀ ਮੀਟਿੰਗ ਹੋਈ, ਜਿਹਦੇ ਵਿੱਚ ਉਹਨਾਂ ਨੇ ਸਵਿੰਗ ਮਸ਼ੀਨ ਇੰਡਸਟਰੀ ਨੂੰ ਅਪ ਟੂ ਦਾ ਇੰਟਰਨੈਸ਼ਨਲ ਲੈਵਲ ਤੱਕ ਲੈ ਕੇ ਜਾਣ ਦੇ ਵਿੱਚ ਜਿਹੜੀ ਅੱਜ ਡਿਸਕਸ਼ਨ ਹੋਈ, ਔਰ ਰਿਵਰਸ ਇੰਜੀਨੀਅਰਿੰਗ ਕਰਨ ਵਾਸਤੇ ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ਫਾਰ ਸਵਿੰਗ ਮਸ਼ੀਨ ਐਂਡ ਬਾਈਸਾਈਕਲ ਨੂੰ ਅੱਜ ਉਹਨਾਂ ਨੇ ਜਿਹੜਾ ਚੈੱਕ ਵੀ ਦਿੱਤਾ, ਤਾਂ ਕਿ ਰਿਵਰਸ ਇੰਜੀਨੀਅਰਿੰਗ ਕੀਤੀ ਜਾਵੇ ਅਤੇ ਜਿਹੜੀ ਇੰਟਰਨੈਸ਼ਨਲ ਲੈਵਲ ਦੀ ਸਵਿੰਗ ਮਸ਼ੀਨ ਆ ਉਹ ਲੁਧਿਆਣਾ ਦੇ ਵਿੱਚ ਬਣ ਸਕੇ। ਅੱਜ ਯੂਨਾਈਟਿਡ ਸਵਿੰਗ ਪਾਰਟਸ ਐਂਡ ਮਸ਼ੀਨ ਵਾਲਿਆਂ ਐਸੋਸੀਏਸ਼ਨ ਵੱਲੋਂ ਮੈਨੂੰ ਇੱਥੇ ਇਨਵਾਈਟ ਕੀਤਾ ਗਿਆ ਸੀਗਾ। ਇਹਨਾਂ ਦੀ ਐਨੂਅਲ ਮੀਟਿੰਗ ਸੀਗੀ, ਇਹਨਾਂ ਨੇ ਮਾਣ ਬਖਸ਼ਿਆ। ਮੈਂ ਬਤੌਰ ਜ਼ੋਨਲ ਕਮਿਸ਼ਨਰ ਇੱਥੇ ਆਇਆ ਵਾਂ ਅਤੇ ਇਹਨਾਂ ਦੀਆਂ ਜਿਹਨੂੰ ਕਹਿੰਦੇ ਆ ਵੀ ਕਾਮਯਾਬੀਆਂ, ਇਹਨਾਂ ਦੀਆਂ ਉਪਲਬਧੀਆਂ ਦੇਖੀਆਂ। ਛੋਟੇ ਹੁੰਦੇ ਤੋਂ ਸੁਣਦੇ ਆ ਰਹੇ ਸੀ ਕਿ ਲੁਧਿਆਣਾ ਸਿਲਾਈ ਮਸ਼ੀਨ ਦੀ ਹੱਬ ਆ, ਅੱਜ ਇਹਨਾਂ ਦੇ ਵਿੱਚ ਆ ਕੇ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ। ਦਲਵੀਰ ਸਿੰਘ ਧਿਮਾਨ, ਚੇਅਰਮੈਨ ਯੂਨਾਈਟਿਡ ਸਵਿੰਗ ਮਸ਼ੀਨ ਐਂਡ ਪਾਰਟਸ ਮੈਨੂਫੈਕਚਰ ਐਸੋਸੀਏਸ਼ਨ। ਅੱਜ ਸਾਨੂੰ ਇਹ ਬੜੀ ਖੁਸ਼ੀ ਹੁੰਦੀ ਹੈ ਕਿ ਸਾਡੇ ਵਿੱਚ ਅੱਜ ਸਾਡੀ ਈਸੀ ਦੀ ਮੀਟਿੰਗ ਜਿਹੜੀ ਹੈ ਉਹ ਹੋਈ ਹੈ। ਇਸ ਮੀਟਿੰਗ ਦੇ ਵਿੱਚ ਗੁਰਮੀਤ ਸਿੰਘ ਕੁਲਾਰ, ਜੋ ਕਿ ਫੀਕੋ ਦੇ ਪ੍ਰੈਜ਼ੀਡੈਂਟ ਹੈ, ਜਿਹਨੇ ਇੰਗਲੈਂਡ ਦੇ ਵਿੱਚ ਬਹੁਤ ਬੜਾ ਅਵਾਰਡ ਪ੍ਰਾਪਤ ਕੀਤਾ, ਅਸੀਂ ਉਹਨਾਂ ਨੂੰ ਆਪਣੀ ਐਸੋਸੀਏਸ਼ਨ ਦੇ ਵਿੱਚ ਬੁਲਾ ਕੇ ਸਨਮਾਨ ਦਿੱਤਾ ਹੈ। ਅਤੇ ਇਸਦੇ ਨਾਲ ਨਾਲ ਹੀ ਆਰ ਐਂਡ ਡੀ ਸੈਂਟਰ ਨੂੰ, ਜਿਹੜੀ ਅਸੀਂ ਸਵਿੰਗ ਮਸ਼ੀਨ ਦਾ ਇੰਡਸਟਰੀ ਮਾਡਲ ਨਵਾਂ ਤਿਆਰ ਕੀਤਾ ਹੈ, ਕਰਨਾ ਹੈ। ਇਹ ਮਾਡਲ ਵਾਸਤੇ ਅਸੀਂ ਇਹਦੀ ਰਿਵਰਸ ਇੰਜੀਨੀਅਰਿੰਗ ਕਰਨ ਵਾਸਤੇ ਬਾਈਸਾਈਕਲ ਸਵਿੰਗ ਮਸ਼ੀਨ ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਔਰ ਉਹਨਾਂ ਨੇ ਐਕਸੈਪਟ ਕੀਤੀ ਹੈ। ਔਰ ਅੱਜ ਉਹਨਾਂ ਨੇ 51,000 ਰੁਪਏ ਦਾ ਅਸੀਂ ਚੈੱਕ ਵੀ ਨਾਲ ਉਹਨਾਂ ਨੂੰ ਸੌਂਪਿਆ ਹੈ ਅਤੇ ਉਹਨਾਂ ਨੇ ਸਾਨੂੰ ਇੰਸ਼ੋਰੈਂਸ ਲਈ ਹੈ। ਵਿਦਇਨ 3 ਮੰਥ ਦੇ ਅੰਦਰ ਅੰਦਰ ਅਸੀਂ ਇਹਦੀ ਰਿਵਰਸ ਇੰਜੀਨੀਅਰਿੰਗ ਕਰਕੇ ਜਿੰਨੀਆਂ ਵੀ ਡਰਾਇੰਗ ਜਿਗ ਪਿਕਚਰ ਵਗੈਰਾ ਦੀਆਂ ਹੈ ਸਾਰੀਆਂ ਨੂੰ ਜ਼ਰੂਰ ਦੇਵਾਂਗੇ। ਇਸ ਤੋਂ ਬਾਅਦ ਸਾਡੇ ਅੱਜ ਮਿਸਟਰ ਕਾਰਪੋਰੇਸ਼ਨ ਸੀ ਜੋਨ ਦੇ ਕਮਿਸ਼ਨਰ ਸਾਹਿਬ ਸਾਡੇ ਵਿੱਚ ਆਏ ਹੋਏ ਆ ਅਤੇ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਉਹਨਾਂ ਨੇ ਸਾਨੂੰ ਜੋ ਵੀ ਸਾਡੀਆਂ ਇੰਡਸਟਰੀ ਦੀਆਂ ਦਿੱਕਤਾਂ ਹੈ ਸੁਣੀਆਂ ਅਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਮੈਨੂੰ ਤੁਸੀਂ ਹਰ ਵੇਲੇ ਕੰਟੈਕਟ ਰੱਖੋ, ਮੈਂ ਹਰ ਇੱਕ ਪ੍ਰੋਬਲਮ ਤੁਹਾਡੀ ਸੋਲਵ ਕਰਾਂਗਾ। ਅੱਜ ਬੜੀ ਖੁਸ਼ੀ ਦਾ ਮੌਕਾ ਹੈ ਕਿ ਯੂਨਾਈਟਿਡ ਸਵਿੰਗ ਮਸ਼ੀਨ ਪਾਰਟਸ ਐਂਡ ਐਸੋਸੀਏਸ਼ਨ ਨੇ ਅੱਜ ਆਪਣਾ ਐਨੂਅਲ ਕੈਲੰਡਰ ਲਾਂਚ ਕੀਤਾ ਹੈਗਾ ਅਤੇ ਮੌਕਾ ਬੜਾ ਵਧੀਆ ਹੈਗਾ ਅਤੇ ਇਹਦੇ ਉੱਤੇ ਮੈਂ ਆਰ ਐਂਡ ਡੀ ਸੈਂਟਰ ਦੇ ਜੀ ਐਮ ਵਜੋਂ ਇਹਨਾਂ ਨੂੰ ਇੰਸ਼ੋਰੈਂਸ ਦਵਾਉਣਾ ਵਾਂ ਕਿ ਜਿਹੜੀ ਇਹਨਾਂ ਨੇ ਸਿਲਾਈ ਮਸ਼ੀਨ ਸਾਨੂੰ ਦਿੱਤੀ ਆ ਡਿਵੈਲਪ ਕਰਨ ਵਾਸਤੇ, ਅਸੀਂ ਉਹਦੀ ਰਿਵਰਸ ਇੰਜੀਨੀਅਰਿੰਗ ਸਟਾਰਟ ਕਰ ਦਿੱਤੀ ਹੈਗੀ ਆ, ਡਰਾਇੰਗ ਵਗੈਰਾ ਜਨਰੇਟ ਕਰ ਰਹੇ ਹਾਂ, ਉਹਦਾ ਮਟੀਰੀਅਲ ਕਿਹੜਾ ਲੱਗਿਆ, ਕਿਹੜੀਆਂ ਗੇਜਿਸ ਲੱਗਣੀਆਂ ਨੇ, ਅਸੀਂ ਸਾਰਾ ਆਈਡੈਂਟੀਫਾਈ ਕਰਕੇ ਇਹਨਾਂ ਦਾ ਕੰਮ ਨੇਪਰੇ ਚਾੜਾਂਗੇ ਤਾਂ ਕਿ ਇਹ ਇੰਟਰਨੈਸ਼ਨਲ ਲੈਵਲ ਦੀ ਸਿਲਾਈ ਮਸ਼ੀਨ ਡਿਵੈਲਪ ਕਰ ਸਕਣ। ਇਹ ਵੀ ਤੁਹਾਨੂੰ ਪਤਾ ਜਾਣ ਕੇ ਖੁਸ਼ੀ ਹੋਵੇਗੀ ਕਿ ਆਰ ਐਂਡ ਡੀ ਸੈਂਟਰ ਦੀ ਜਿਹੜੀ ਲੈਬ ਹੈਗੀ ਆ ਹੁਣ ਇੰਟਰਨੈਸ਼ਨਲ ਲੈਵਲ 'ਤੇ ਆ ਚੁੱਕੀ ਆ, ਉਹਦਾ NABL ਅਕ੍ਰੈਡੀਟੇਸ਼ਨ ਹੋ ਚੁੱਕੀ ਆ ਅਤੇ ਜਿਹੜੀ ਸਿਲਾਈ ਮਸ਼ੀਨ ਇੱਥੋਂ ਟੈਸਟ ਹੋਏਗੀ ਉਹ ਕਿਸੇ ਵੀ ਕੰਟਰੀ ਦੇ ਵਿੱਚ ਇਹ ਸਪਲਾਈ ਕਰ ਸਕਦੇ ਆ। ਸੋ ਆਪਣੀ ਜਿਹੜੀ ਟੈਕਨੋਲੋਜੀ ਹੈ ਉਹਨੂੰ ਡਿਵੈਲਪ ਕਰਕੇ ਕੁਆਲਿਟੀ ਉਹਦੀ ਇੰਸ਼ੋਰੈਂਸ ਸਾਥੋਂ ਕਰਵਾ ਕੇ ਕਿਤੇ ਐਕਸਪੋਰਟ ਕਰ ਸਕਦੇ ਨੇ। ਉਹ ਫੈਸਿਲਿਟੀ ਅਸੀਂ ਆਰ ਐਂਡ ਡੀ ਸੈਂਟਰ ਵਿੱਚ ਸਟਾਰਟ ਕਰ ਦਿੱਤੀ ਆ ਅਤੇ ਅਸੀਂ ਇੰਡਸਟਰੀ ਸਵਿੰਗ ਇੰਡਸਟਰੀ ਨੂੰ ਹੈਲਪ ਕਰਨ ਵਾਸਤੇ ਹਮੇਸ਼ਾ ਤਤਪਰ ਹੈਗੇ ਹਾਂ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਵਿਕਾਸ ਦੇ ਨਾਲ ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।